नमस्कार टून चैनल वालों अज दे समाचार बुलेटिन विच आप जी का स्वागत। पहला इस बुलेटिन दी चुनवीआं खबरां। विंग कमांडर अभिनंदन कल भारत परतेगा। अगाऊ चोण रिहर्सल का किया गया आयोजन। पंजाब स्कूल सिक्ख्या बोर्ड दीआं बोर्ड प्रीख्यावां भलके तो शुरू। तनी पिंड विखे सुखमणी साहब के पाठ करवाए गए। सरकारी सीनियर सैकेंडरी स्कूल तेहिंग विखे हुई विदायगी पार्टी। हुण खबरां विस्तार नाल। करोड़ों लोगों की दुआवां अते भारत के करड़े रुख नूं वेखदिआं बुधवार को पाकिस्तानी गिरफ्त में पहुंचे विंग कमांडर अभिनंदन की कल देश वापसी हो जा रही है। हालांकि पाकिस्तानी सरकार अभिनंदन नूं टाल बना के कुछ शर्त रख रही थी, पर भारत के सख्त रवैये कारण पाकिस्तानी प्रधानमंत्री इमरान खान ने भारतीय पायलट नूं कल रिहा करन दा ऐलान किया है। चोण कमीशन दीआं हदायतां मुताबक अते सिक्ख्या खेत्र के मुलाजमान के बोर्ड प्रीख्या में रुझेवे कारण अज फगवाड़ा के रामगढ़िया पॉलीटेक्निक कॉलेज विखे अगाऊ चोण रिहर्सल का आयोजन किया गया, जिस सुपरवाइजर प्रिंसीपल हैडमास्टर्स लैक्चरर ते मास्टर कैडर के अध्यापकों ने भाग लिया। ट्रेनिंग दौरान EBM VVPAT संबंधी मुलाजमान ट्रेनिंग दी गई ताकि इन मशीनों का सही प्रयोग हो सके। ਡਾਕਟਰ ਸੁਖਦੀਪ ਸਿੰਘ ਹਾਰਟੀਕਲਚਰ ਅਫਸਰ ਕਾਮ ਮਾਸਟਰ ਟ੍ਰੇਨਰ EBM VVPAT। ਅੱਜ ਇੱਥੇ ਅਸੀਂ ਜਿਹੜਾ ਰਾਮਗੜ੍ਹੀਆ ਪੋਲੀਟੈਕਨਿਕ ਵਿਖੇ ਇਲੈਕਸ਼ਨ ਕੀਤੀ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮਦਦ ਦੇ ਨਾਲ EBM VVPAT ਦੀ ਟ੍ਰੇਨਿੰਗ ਸੰਬੰਧੀ ਇੱਕ ਜਾਗਰੂਕਤਾ ਕੈਂਪ ਲਾਇਆ, ਜਿਸ ਦੇ ਵਿੱਚ ਆਪਣੇ ਤਹਿਸੀਲ ਫਗਵਾੜਾ ਦੇ ਸਾਰੇ ਸਕੂਲਾਂ ਦੇ ਜਿਹੜੇ ਅਧਿਆਪਕ, ਉਹਨਾਂ ਦੇ ਪ੍ਰਿੰਸੀਪਲ ਸਾਹਿਬਾਨ, PLO ਅਤੇ ਸੁਪਰਵਾਈਜ਼ਰ ਸਾਹਿਬਾਨ ਇੱਥੇ ਪਹੁੰਚੇ ਨੇ। ਇਹਨਾਂ ਨੂੰ ਅੱਜ ਸਾਰਾ ਜਿਹੜਾ EBM ਅਤੇ VVPAT ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ, ਕਿਉਂਕਿ ਇਸ ਵਾਰ ਜਦੋਂ ਲੋਕ ਸਭਾ ਦੀਆਂ ਇਲੈਕਸ਼ਨ ਹੋਣੀਆਂ ਉਹਦੇ ਵਿੱਚ ਜਿਹੜਾ EBM ਜਿਹੜੀ ਸਾਡੀ ਪਹਿਲਾਂ ਵੋਟਿੰਗ ਮਸ਼ੀਨ ਸੀ ਉਹਦੇ ਨਾਲ ਇੱਕ ਨਵੀਂ ਮਸ਼ੀਨ ਲੱਗ ਰਹੀ ਹੈ VVPAT ਵੋਟਰ ਵੈਰੀਫੇਬਲ ਪੇਪਰ ਆਡਿਟ ਟ੍ਰਾਇਲ, ਉਹ ਜਿਹੜੀ ਮਸ਼ੀਨ ਆ ਉਹ ਵੋਟਰ ਨੂੰ ਇੱਕ ਆਪਣੀ ਨਿਸ਼ਾਨਦੇਹੀ ਕਰਾਏਗੀ ਕਿ ਉਸਨੇ ਕਿਸ ਨੂੰ ਵੋਟ ਪਾਈ ਹੈ, ਇਸ ਦੇ ਬਾਰੇ ਉਹਦਾ ਯਕੀਨ ਜਿਹੜਾ ਪੱਕਾ ਕਰੇਗੀ। ਅਤੇ ਉਹਦੇ ਵਿੱਚ ਜਦੋਂ ਉਹ ਆਪਣੀ ਵੋਟ ਪਾਏਗਾ ਉਹਦੇ ਵਿੱਚ ਉਹਨੂੰ 7 ਸੈਕਿੰਡ ਵਾਸਤੇ ਜਿਹੜੀ ਇੱਕ ਪਰਚੀ ਦਿਸੇਗੀ, ਜਿਸ ਦੇ ਉੱਤੇ ਉਸਦੇ ਉਮੀਦਵਾਰ ਦਾ ਨਾਂ ਅਤੇ ਉਹਦਾ ਚੋਣ ਨਿਸ਼ਾਨ ਉਸਨੂੰ ਨਜ਼ਰ ਆਵੇਗਾ, ਅਤੇ ਉਹ ਪਰਚੀ ਜਿਹੜੀ ਆ ਫਿਰ ਉਹ ਮਸ਼ੀਨ ਦੇ ਵਿੱਚ ਹੀ ਸੀਲ ਬਾਕਸ ਦੇ ਵਿੱਚ ਦਿਖ ਪਏਗੀ। ਇਸ ਤੋਂ ਜਿਹੜੀ ਖਦਸ਼ਾ ਜ਼ਾਹਰ ਕੀਤਾ ਜਾਂਦਾ ਕਿ ਸਾਡੀ ਜਿਹੜੀ ਵੋਟ ਸਹੀ ਉਮੀਦਵਾਰ ਨੂੰ ਨਹੀਂ ਪਈ, ਉਹਦੀ ਨਿਸ਼ਾਨਦੇਹੀ ਉਹ ਖੁਦ ਆਪ ਕਰ ਸਕੇਗਾ 7 ਸੈਕਿੰਡ ਵਾਸਤੇ। ਸੋ ਇਹਦੇ ਵਾਸਤੇ ਜਿਹੜਾ ਸਾਰਾ ਵਾ ਇਹ ਅੱਜ ਸਾਰੇ ਟੀਚਰਸ ਨੂੰ ਅਤੇ ਹੋਰ ਜਿਹੜੇ ਸੁਪਰਵਾਈਜ਼ਰ ਅਤੇ BLOs ਨੂੰ ਇਹ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਇੱਥੇ ਉਲੀਕਿਆ ਗਿਆ ਸੀ। ਸਰ ਜਿੱਦਾਂ ਕਈ BLOs ਦੀ ਡਿਊਟੀ ਕਰ ਰਹੇ ਹੋ, ਬੰਦੇ ਕਹਿੰਦੇ 2-2 ਸਾਲ ਹੋ ਗਏ ਸਾਡੀ ਸੈਲਰੀ ਨਹੀਂ ਮਿਲੀ, ਉਹਦੇ ਲਈ ਕੀ ਕੁਛ? ਇਹਦੇ ਬਾਰੇ ਕਿਹਾ ਗਿਆ ਵਾ, ਮੈਂ ਪਿਛਲੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਆਪਣੇ SEM ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਕਿ ਉਹਨਾਂ ਨੂੰ ਜਿਹੜਾ ਆਨਰੇਰੀਅਮ ਮਾਣ ਭੱਤਾ ਮਿਲਦਾ ਵਾ ਉਹ ਮਿਲਣਾ ਚਾਹੀਦਾ ਵਾ, ਅਤੇ ਉਹ ਕਹਿ ਰਹੇ ਨੇ ਕਿ ਮਾਰਚ ਤੱਕ ਇਹ ਕਲੀਅਰ ਹੋ ਜਾਏ। ਸਰ ਜਿਹੜੀ ਇਸ ਵਾਰ ਵੋਟਿੰਗ ਜਦੋਂ ਹੋਣੀ ਵੋਟਾਂ ਪੈਣੀਆਂ, ਇਸ ਵਾਰ ਨਵੀਂ ਮਸ਼ੀਨ ਜਿਹੜੀ VVPAT 3 ਇਹ ਜਿਹੜੀ ਵਰਤੀ ਜਾਣੀ ਆ, ਇਹ ਕੀ ਇਹਦੇ ਨਾਲ ਜਿਹੜਾ ਅੱਗੇ ਧੋਖਾ ਹੁੰਦਾ ਸੀਗਾ ਵੋਟਰਾਂ ਨਾਲ, ਇਸ ਵਾਰ ਨਹੀਂ ਹੋਏਗਾ? ਤਾਂ ਪਹਿਲਾਂ ਵੀ ਕੋਈ ਧੋਖਾ ਨਹੀਂ ਹੁੰਦਾ, ਇਹਦੀ ਕੋਈ ਅੱਜ ਤੱਕ ਸਬੂਤ ਨਹੀਂ ਕਿਸੇ ਨੇ ਵੀ ਕੀਤਾ, ਸਾਬਤ ਨਹੀਂ ਕਰ ਸਕਿਆ ਕਿ ਇਲੈਕਸ਼ਨ ਕਮਿਸ਼ਨ ਨੇ ਦੇਖੋ ਪੂਰਾ ਚੈਲੇਂਜ ਕੀਤਾ ਕਿ ਆ ਕੇ ਇਹਦੇ 'ਚ ਖਰਾਬੀ ਕਰਕੇ ਦੱਸੋ, ਪਰ ਕੋਈ ਸਾਹਮਣੇ ਨਹੀਂ ਆਇਆ। ਹਾਂ ਜ਼ਰੂਰ ਬਿਆਨਬਾਜ਼ੀ ਜ਼ਰੂਰ ਹੁੰਦੀ ਆ, ਮੈਂ ਨਹੀਂ ਸਮਝਦਾ ਕਿ ਇਹਦੇ ਵਿੱਚ ਕੋਈ 'ਚ ਇਹ ਬੜਾ ਵਧੀਆ ਤਰੀਕਾ ਵਾ, ਢੰਗ ਤਰੀਕਾ ਵਾ ਇਹ, ਤਾਂ ਲੋਕਾਂ ਦਾ ਵਿਸ਼ਵਾਸ ਬਣਾਉਣ ਲਈ ਜਿਹੜਾ ਇਹ ਪਿੱਛੇ ਵੀ ਕੈਂਪ ਲਾਏ ਸੀ, ਅਸੀਂ ਬੂਥ ਲੈਵਲ 'ਤੇ ਵੀ ਕੈਂਪ ਲਾਏ, ਵੋਟਰਾਂ ਦੇ ਵਿੱਚ ਵੀ ਜਾਗਰੂਕਤਾ ਪੈਦਾ ਕੀਤੀ ਆ, ਕੋਈ ਇਹੋ ਜਿਹੀ ਗੱਲ ਨਹੀਂ, ਉਹਨਾਂ ਨੇ ਵੋਟ ਖੁਦ ਪਾਈ ਹੈ ਅਤੇ ਪਰਚੀ ਦੇਖੀ ਵੀ ਆ। ਕਈ ਵਾਰ ਨਾ ਪਿਛਲੀ ਵਾਰ ਇੱਦਾਂ ਹੁੰਦਾ ਸੀਗਾ ਵੀ ਵੋਟ ਪਾਣੀ ਕਿਸੇ ਹੋਰ ਨੂੰ ਸਵਿੱਚ ਹੋਰ ਦਾ ਪਾਓ, ਕਹਿੰਦਾ ਵੋਟ ਕਿਸੇ ਹੋਰ ਨੂੰ ਪੈ ਜਾਂਦੀ ਸੀ, ਰੌਲਾ ਤਾਂ ਇਸ ਗੱਲ ਦਾ ਹੁੰਦਾ ਸੀਗਾ। ਨਹੀਂ, ਕੋਈ ਇਹੋ ਜਿਹੀ ਇਹਦੇ ਵਿੱਚ ਨਹੀਂ ਅਜੇ ਤੱਕ ਸਾਬਤ ਨਹੀਂ ਹੋ ਸਕਿਆ, ਅਤੇ ਨਾ ਹੀ ਕੋਈ ਇਹੋ ਜਿਹੀ ਇਹਦੇ ਵਿੱਚ ਸੰਭਾਵਨਾ ਹੈਗੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਯੋਜਿਤ 1 ਮਾਰਚ ਤੋਂ 10+2 ਦੀ ਬੋਰਡ ਪ੍ਰੀਖਿਆ ਸ਼ੁਰੂ ਹੋ ਰਹੀ ਹੈ, ਜਿਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੋਰਡ ਵੱਲੋਂ ਨਕਲ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪ੍ਰਾਈਵੇਟ ਏਡਿਡ ਸਕੂਲਾਂ ਦੇ ਪ੍ਰੀਖਿਆ ਕੇਂਦਰਾਂ ਵਿੱਚ ਕੈਮਰੇ ਲਗਾਏ ਗਏ ਹਨ, ਲੱਖਾਂ ਦੀ ਸੰਖਿਆ ਵਿੱਚ ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਇਸੇ ਤਰ੍ਹਾਂ ਪੂਰੇ ਮਾਰਚ ਮਹੀਨਾ 8 ਮਾਰਚ ਤੋਂ 6ਵੀਂ, 7ਵੀਂ, 9ਵੀਂ ਅਤੇ 11ਵੀਂ ਦੀਆਂ ਪ੍ਰੀਖਿਆ,
12 मार्च तो 8वीं की प्रीख्या और 15 मार्च तो 10वीं की प्रीख्या शुरू हो रही है। ये प्रीख्यावान लगभग अप्रैल के अंत तक चलनगियां। सरकारी सीनियर सैकेंडरी स्कूल तेहिंग विखे प्रिंसिपल मैडम श्रीमती संतोष कुमारी की अगवाई हेठ प्लस टू की क्लास में विदायगी पार्टी दी गई। सरकारी सीनियर सैकेंडरी स्कूल तनीपिंड विखे प्रिंसीपल हरमेश लाल केड़ा स्टेट अवार्डी की अगवाई हेठ विद्यार्थियों की चढ़ती कला सुखमनी साहब के पाठ करवा के परमात्मा का आशीर्वाद लैण लई अरदास करवाई गई। धार्मिक समागम उपरंत स्कूल में सालाना इनाम वंड समागम करवाया गया। स्कूल के वक्त वक्त खेतर मल्ला मारन वाले विद्यार्थियों को इनामों की वंड करने लई बतौर मुख मेहमान श्री हरिंद्रपाल सिंह जिला सिक्ख्या अफसर ने शिरकत की, जबकि सेवामुक्त प्रिंसीपल मलूक चंद कलेर प्रवासी भारती ने विशेष मेहमान वजो समागम में शमूलियत की। इस नाल ही अज के समाचार बुलेटिन समाप्त होंगे हैं। कल फिर नवी ताज़ा खबरों मुलाकात होगी। सुशील शर्मा को दियो इजाजत। धन्यवाद।